Betul, oi. Kita abang dunia. Wah, caca gulai, oi. Ha, barci betul, oi. Maya. Wah, caca gulai, khair ta, oi. Balan cha ki, kini nikla mene? Putre, panjmi chimi chadhe ne chhor te main ka bazar ch inna nu ice cream hi khalwawa te kitab hi ghinna ja putre o tin patte zara khush thi sunna pass thain acha acha pass the ice cream te bazar di sehra te kitab chalo 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 vanyo 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 patte nahi hai kya the ਯਾਰ ਥੋੜਾ ਜਿਹਾ ਪਿਆਰ ਨਾਲ ਸਮਝਾਓ ਹਲਕੇ ਜਿਹੇ ਕੜਕੇ ਥੀਓ ਤੇ ਅਸੀਂ ਚ ਗਰੀਬ ਬੰਦੇ ਮਰ ਉਸ ਪਲਾਟ ਨੂੰ ਕਿਹਦੇ ਖੜਨੇ ਮੈਂ ਹੁਣ 35 ਕਿੱਲੇ ਕੇ ਦਿਨ ਮੇਰੇ ਕੋਲ ਇਤਨੀ ਹਿੰਮਤ ਕੋਨੀ ਚਲੋ ਬੰਦ ਕਰ ਵਾ ਗੱਪ ਲੈਣੇ ਹਾਂ ਮੈਂ ਆਪ ਕਾਲ ਕਰੇਗਾ ਭਾਏ ਸਾਰੀ ਦਿਹਾੜ ਜੋ ਲੋਫਰਾਰ ਫਿਰਦਾ ਇਹ ਸਾਹਮਣੇ ਦੇਖੇ ਇਹ ਕਣਕ ਨੂੰ ਪਾਣੀ ਭੈੜੇ ਨਿੰਨੇ ਲਾਇਆ ਪੀਲੀ ਥੀਂਦੀ ਵੇਂਦੀ ਚਾਚਾ ਗੁੱਲਾ ਕਿੱਥੇ ਸਾਡੇ ਨੇ ਅੱਗੇ ਨੂੰ ਪਾਣੀ ਲਾਇਆ ਇਹਨੂੰ ਚਾਚੇ ਗੁੱਲੇ ਨੂੰ ਭੁੱਲਵਾਂ ਕਿਉਂ ਚਾਚਾ ਗੁੱਲਾ ਆਪਣੇ ਬਾਲਾਂ ਨੂੰ ਇਸ ਵਕਤ ਬਾਜ਼ਾਰ ਕਿਤਾਬਾਂ ਸ਼ਿਤਾਬਾਂ ਗਿਣਨ ਕਰ ਕਿੱਦੀ ਵੇਂਦੇ ਕਿਤਾਬਾਂ ਉਹਦੇ ਛੋਰ ਹੈ ਨਾ ਜੀਆ ਜੀਆ ਤਰੇ ਪੁੱਤਰੇ ਸ ਦੇਖਾਂ ਮਨ ਸਾਡਣੇ ਜੀ ਚੌਧਰੀ ਸਾਹਿਬ ਚਾਚੇ ਗੁਲਾਏ ਨੂੰ ਖਿਲਾਇਆ ਮੈਂ ਬਾ ਦੇਖਾਂ ਉੱਤੇ ਬਾ ਉੱਤੇ ਬਾ ਉੱਤੇ ਬਾ ਉੱਤੇ ਜੀ ਬਾ ਤੂੰ ਵਾਂ ਦੇਖ ਪੱਠੇ ਛੱਠੇ ਚੈੱਕ ਕਰ ਵਾਂ ਤੂੰ ਠੀਕ ਹੈ ਚੌਧਰੀ ਸਾਹਿਬ ਆ ਵਾਂ ਵਾਂ ਖੈਰ ਉਹਨੇ ਚੌਧਰੀ ਸਾਹਿਬ ਸਿਹਤ ਠੀਕ ਹੀ ਨਹੀਂ ਕਿਵੇਂ ਸਦਵਾਇਆ ਨੇ ਮੈਨੂੰ ਮੈਂ ਹਾਜ਼ਰ ਹੋ ਗਿਆ ਤਬੀਅਤ ਤਾਂ ਮੇਰੀ ਉਕਾ ਸੈਟੇ ਮੇਰੇ ਖਾਲੇ ਤੇਰੀ ਤਬੀਅਤ ਐਨ ਗੈਨ ਵਧੀਏ ਇਹ ਬਰਛੀ ਕੋਲੂ ਮੈਂ ਕਿਹੜੀ ਗੱਲ ਸੁਣਦਾ ਪਿਆ ਭਾਈ ਕੁਰਬਾਨ ਵਾਂ ਬਰਛੀ ਕਿਹੜੀ ਗੱਲ ਆਖੀਏ ਜੀ ਮੈਨੂੰ ਤਾਂ ਨਹੀਂ ਪਤਾ ਕਣਕ ਸਾਰੀ ਪੀਲੀ ਥਈ ਖਲੋਤੀ ਏ ਪਾਣੀ ਤੁਸਾਂ ਲਾਇਆ ਕੋਨੀ ਬਰਛੀ ਮੈਂ ਦਸਿਆਂਦਾ ਪਿਆ ਬੇ ਤੇਰੇ ਬਾਲ ਵੀ ਹਿੰਨ ਤੇ ਪੜਦੇ ਵਧਿੰਨ ਦੇ ਤੂੰ ਕੋ ਕਿਤਾਬਾਂ ਸ਼ਿਤਾਬਾਂ ਖਿਲਾਉਣ ਵੇਂਦਾ ਪਿਆ ਬਜ਼ਾਰੂ ਜੀ ਅਲਹਮਦੁਲਿਲਾ ਬੱਚੇ ਪਾਸ ਸੀ ਗਏ ਬਸ ਮਾਂ ਦੀ ਤਵੱਜੋ ਆਈ ਜੀ ਉਸਨੂੰ ਸ਼ੌਕ ਆਈ ਮੈਂ ਕੋਈ ਪੜ੍ਹ ਲਿਖ ਕੇ ਕੋਈ ਅਫਸਰ ਬਣ ਗਏ ਸੁਣ ਬਈ ਸਾਡੇ ਯਾਰ ਧਿੱਕੇ ਨਾ ਖਾਣ ਜੀ ਆ ਅੱਛਾ ਮਾਂ ਨੂੰ ਸ਼ੌਕ ਆਨੇ ਤੇ ਮਾਂ ਆਖੇ ਜ਼ਰਾ ਪੜ੍ਹ ਲਿਖ ਮਨੋ ਮੇਨ ਤੂੰ ਇਹ ਦੱਸ ਗੁੱਲਾ ਭਾਈ ਅੱਗੇ ਕਿਹੜੇ ਗਰੀਬ ਦੇ ਬਾਲ ਜੱਜ ਬਣਦੇ ਡਿੱਠੇ ਨੀ ਜਾਂ ਡਾਕਟਰ ਬਣਦੇ ਡਿੱਠੇ ਨੀ ਤੂੰ ਗਰੀਬ ਕਈ ਬੇਲਚੇ ਵਾਲਾ ਬੰਦਾ ਵਿਰਾਸਤ ਤੇ ਤੈਨੂੰ ਵੀ ਕਈ ਬੇਲਚਾ ਮਿਲੇ ਤੂੰ ਹੀ ਬਾਲਾਂ ਨੂੰ ਵਿਰਾਸਤ ਵਿੱਚ ਕਈ ਬੇਲ ਚੜੇ ਉਹ ਪੜ ਗਏ ਸਾਡੀਆਂ ਜ਼ਮੀਨਾਂ ਤੇ ਕੌਣ ਕੰਮ ਕਰੇ ਸੀ ਸਾਡੇ ਬਾਲ ਹੁਣ ਜ਼ਿਮੀਦਾਰਾ ਕਰੇ ਹੁਣ ਤੇ ਅਸਾਂ ਕਰਸਾਂ ਇਹ ਗੁੱਲਾ ਗੱਲ ਬਰਦਾਸ਼ਤ ਕੋਈ ਥੀਂਦੀ ਪਈ ਮੈਨੂੰ ਚੌਧਰੀ ਸਾਹਿਬ ਦੇਖੋ ਜੀ ਸਾਰੀ ਉਮਰਾਂ ਮੇਰਾ ਪਿਓ ਦਾਦਾ ਉਹਨਾਂ ਦਾ ਪਿਓ ਮਜ਼ਦੂਰੀਆਂ ਥਵਾਲੇ ਕੋ ਕਰ 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 ਹੰਡ ਗਏ ਜ਼ਮੀਨਾਂ ਚ ਵੜ ਗਏ ਦੇਖੋ ਜੀ ਯਾਰ ਇਹ ਦੌਰ ਆਇਆ ਖਲੇ ਤਾਂ ਹਰ ਬੰਦੇ ਨੂੰ ਸ਼ੌਕ ਏ ਕਿ ਤਾਲੀਮ ਹਾਸਲ ਕਰਾਂ ਔਰ ਮੇਰਾ ਬੱਚਾ ਵੱਡੇ ਤੋਂ ਵੱਡਾ ਅਫਸਰ ਬਣ ਵਾਂ ਡਾਕਟਰ ਬਣ ਵਾਂ ਇਹ ਸਾਡੀ ਵੀ ਖਾਹਿਸ਼ ਹੈ ਜੀ ਤੇ ਮੈਂ ਜੋ ਹਾਜ਼ਰ ਹਾਂ ਜੀ ਮੈਂ ਤੁਹਾਡਾ ਗੁਲਾਮ ਹਾਂ ਜੀ
ਓਏ ਤੁਸਾਂ ਗਰੀਬ ਕਦਾਂ ਦੇ ਵੱਡੇ ਖਾਬ ਦੇਖਣ ਲੱਗ ਗਏ, ਤੇਰੀ ਜ਼ਰੂਰਤ ਕਿੰਨੇ ਥਈਏ ਸਾਡੇ ਹੁਣ ਤੂੰ ਆਪਣੇ ਬਾਲਾਂ ਦੇ ਖਾਬ ਦੇਖ ਵੱਡੇ ਅਫਸਰ ਬਣਾਉਣ ਦੇ। ਖਬਰਦਾਰ, ਤੁਹਾਡੀ ਅਗਰ ਖਾਹਿਸ਼ ਹੈ ਵੱਡਾ ਅਫਸਰ ਬਣਾਉਣ ਦੀ, ਸਾਡੀ ਖਾਹਿਸ਼ ਕੋਨੀ। ਤੂੰ ਜ਼ਮੀਨ 'ਚ ਹੰਡ ਗਏ, ਤੇਰੇ ਬਾਲ ਹੀ ਇੱਥਾਂ ਹੀ ਹੰਡ ਸੋਨ। ਖਬਰਦਾਰ ਜੋ ਤੁਸਾਂ ਇਹਨਾਂ ਤੋਂ ਬਾਅਦ ਉਹਨਾਂ ਨੂੰ ਸਕੂਲ ਭੇਜਿਆ ਤਾਂ। ਚੌਧਰੀ ਸਾਹਿਬ, ਅਦਬ ਦਿੱਲੀ 'ਚ ਆਉਂਦਾ, ਮੈਨੂੰ ਆਪਣੀ ਔਲਾਦ 'ਤੇ ਯਕੀਨ ਹੈ ਕਿ ਸਾਰੀ ਜ਼ਿੰਦਗੀ ਤੁਹਾਡਾ ਅਦਬ ਕਰੇ ਸੁਣ, ਕਿਉਂਕਿ ਤੁਹਾਡਾ ਨਿਮਕ ਖਾਧਾ ਹੈ। ਤਾਂ ਗੱਲ ਇਹ ਜੀ, ਉਹ ਪੜ੍ਹ ਲਿਖ ਕੇ ਉਸ ਤੋਂ ਜ਼ਿਆਦਾ ਤੁਹਾਡੀ ਇੱਜ਼ਤ ਕਰੇ ਸੁਣ, ਅਤੇ ਖੁਦਾਰਾ ਮੇਰੇ ਬੱਚਿਆਂ ਨੂੰ ਪੜ੍ਹਨ ਦਿਓ, ਲਿਖਣ ਦਿਓ, ਉਹਨਾਂ ਦੀ ਵਾਲਦਾ ਮਰ ਵੈਸੀ। ਅਗਰ ਮੈਂ ਉਸਨੂੰ ਇਹ ਗੱਲ ਆਖੇ ਸਨ ਤਾਂ ਇਹ ਮੈਂ ਤੁਹਾਡੇ ਅੱਗੇ ਹੱਥ ਭੇਜਣੇ ਨਾ। ਅਸਾਂ ਮੀਆਂ ਬੀਵੀ ਹਾਜ਼ਰ ਹਾਂ ਤੁਹਾਡੇ ਕੰਮ ਕਾਰ ਕਰਨ ਵਾਸਤੇ, ਅੱਲਾ ਦਾ ਨਾਂ ਇਹਨੇ। ਤੁਹਾਡੇ ਮੀਆਂ ਬੀਵੀ ਦੇ ਜਿਉਣ ਦਾ ਅਸਾਂ ਠੇਕਾ ਨਹੀਂ ਚਾਹਿਆ। ਤੇਰੀ ਬੀਵੀ ਮੇਰਾ ਸੋਹਣਾ ਕੱਲ੍ਹ ਦੀ ਮਰਦੀ ਅੱਜ ਮਰ ਪਵੇ, ਲਿਹਾਜ਼ਾ ਜਿਹੜੀ ਗੱਲ ਮੈਂ ਤੇ ਨਾਕ ਛੋੜੀਏ, ਮੇਰਾ ਅਟਲ ਫੈਸਲਾ, ਕੱਲ ਤੂੰ ਤੇਰੇ ਬਾਲ ਮੈਂ ਸਕੂਲ ਵੇਂਦੇ ਨਾ ਦੇਖਾਂ। ਠੀਕ ਹੈ ਚੌਧਰੀ ਸਾਹਿਬ, ਘਰ ਵੰਜ ਕੇ ਮੈਂ ਆਪਣੀ ਘਰ ਵਾਲੀ ਨਾਲ ਸਲਾਹ ਕਰੇ ਸਾਂ ਤੇ ਵਾਥਾਂ ਨੂੰ ਜਵਾਬ ਦੇ ਸਾਂ। ਜਵਾਬ ਤੈ ਮੈਂ ਨਹੀਂ ਦੇਵਣਾ, ਘਰ ਵਾਲਾ ਨੂੰ ਮੰਨ ਕੇ ਮੇਰਾ ਜਵਾਬ ਦੱਸ ਦੇ। ਚੱਲ ਸ਼ਾਬਾਸ਼, ਮੰਨ ਕੇ ਆ ਤੇ ਪਾਣੀ ਸ਼ਾਣੀ ਲਾ ਕਣੋਂਗ ਨੂੰ। ਵਾਹ ਭਾਈ ਵਾਹ, ਗਰੀਬ ਤੇ ਪੜਾਈ, ਤੁਸਾਂ ਸਾਡੇ ਵਾਸਤੇ ਜੰਮਿਓ, ਸਾਡੇ ਕੰਮ ਕਰੋ ਘਰ ਜੰਮਿਓ। ਵਾਹ ਭਾਈ ਵਾਹ, ਦਿਮਾਗ ਖਰਾਬ ਕਰ ਦਿੱਤਾ। ਵਾਲੇਕੁਮ ਚੌਧਰੀ ਸਾਹਿਬ। ਵਾਲੇਕੁਮ ਸਲਾਮ। ਮੈਂ ਜੀ ਤੁਹਾਡੇ ਨਾਲ ਜ਼ਰੂਰੀ ਗੱਲ ਕਰਨ ਆਇਆ, ਮਗਰ ਤੁਸਾਂ ਇਜਾਜ਼ਤ ਦਿਓ ਤਾਂ ਮੈਂ ਗੱਲ ਕਰਾਂ। ਹਾਂ ਗੱਲ ਕਰ, ਮੈਨੂੰ ਪਤਾ ਈਦਾਂ ਸਿਰ ਤੇ ਆ ਗਈਆਂ, ਪੈਸਾ ਕਾਹਨ ਆਇਆ ਉਹਦੇ। ਚੌਧਰੀ ਸਾਹਿਬ, ਅੱਗੇ ਤੁਹਾਡੇ ਬੜੇ ਅਹਿਸਾਨ ਹਨ, ਇਹ ਗੱਲ ਨਹੀਂ, ਗੱਲ ਕੁਝ ਹੋਰ ਹੈ। ਗੱਲ ਇਹ ਕਿ ਤੁਸਾਂ ਬੱਚਿਆਂ ਦੇ ਬਾਰੇ ਪੁੱਛਿਆ ਈ ਕਿ ਭਾਈ ਸੋਚ ਕੇ ਦੱਸਾ। ਮੈਨੂੰ ਘਰ ਵਾਲੀ ਆਖੇ ਬਈ ਚੌਧਰੀ ਸਾਹਿਬ ਨੂੰ ਆਖੇ ਮਦਦ ਥੀਓ, ਸਾਨੂੰ ਮਾਫ਼ ਕਰ ਦਿਓ, ਬੱਚੇ ਸਾਡੇ ਪੜ੍ਹ ਸੁਣ ਲਿਖ ਸੁਣ, ਸਾਡੀ ਬੜੀ ਖਾਹਿਸ਼ ਹੈ, ਕਿਉਂਕਿ ਮਰਨ ਤੋਂ ਪਹਿਲੇ ਸਾਨੂੰ ਇਹ ਖੁਸ਼ੀ ਤਾਂ ਹੋਵੇ ਕਿ ਸਾਡੇ ਬੱਚੇ ਪੜ੍ਹ ਲਿਖਣ। ਅਸਾਂ ਚੌਧਰੀ ਸਾਹਿਬ ਤਾਲੀਮ ਜ਼ਾਇਆ ਨਾ ਕਰਨ ਦੇ ਬੱਚਿਆਂ ਦੀ, ਬੱਚੇ ਮੇਰੇ ਪੜ੍ਹ ਸੁਣ। ਮੇਰੀ ਘਰ ਵਾਲੀ ਵੀ ਆਖੇ ਦੇਖੋ ਸੱਤ ਸੱਤ ਪੁਸ਼ਤਾਂ ਹੰਡ ਗਈਆਂ ਤੁਹਾਡੇ ਨਾਲ, ਅਤੇ ਅਸਾਂ ਨਾ ਕਿਦਾਈ ਨਹੀਂ ਕੀਤੀ, ਲੇਕਿਨ ਹੁਣ ਸਾਡੀ ਖਾਹਿਸ਼ ਹੈ ਚੌਧਰੀ ਸਾਹਿਬ ਕਿ ਅਸਾਂ ਬੱਚੇ ਪੜ੍ਹਵਾਂ। ਮੈਂ ਜੋ ਅਗਰ ਤੁਹਾਨੂੰ ਇਸ ਕੰਮ ਦੀ ਹਾਰ ਨਾ ਕਰਾਂ ਤਾਂ ਵੱਤ ਵੱਤ ਚੌਧਰੀ, ਅੱਲਾ ਹੀ ਅੱਲਾ, ਅਸਾਂ ਮੂੜਾ ਖੱਥਾ ਚਾਹ ਕੇ ਇੱਥੋਂ ਲੱਗੇ ਹੋਈਆਂ, ਤੁਹਾਡੇ ਹੀ ਅੱਲਾ ਅਤੇ ਸਾਡੇ ਹੀ ਅੱਲਾ। ਸਾਡੀ ਜ਼ਿੰਦਗੀ ਕਿਤਨੀ ਲਾ ਗਈ ਹੈ, ਅਸਾਂ ਬਾਲਾਂ ਨੂੰ ਲਾਜ਼ਮੀ ਪੜ੍ਹਦਾ ਚੌਧਰੀ।